ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਨਾਲ ਸੰਬੰਧੀ ਤਾਜ਼ਾ ਖਬਰਾਂ ਸੁਣਨ ਲਈ ਇਸ ਚੈਨਲ ਨੂੰ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਆਸਾਨੀ ਦੇ ਨਾਲ ਪ੍ਰਾਪਤ ਕਰ ਸਕੋ ਤੇ ਵੀਡੀਓ ਨੂੰ ਸੁਣਨ ਤੋਂ ਬਾਅਦ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਇੱਕ ਮੋਟੀਵੇਸ਼ਨਲ ਜ਼ਰੂਰ ਮਿਲਦੀ ਹੈ ਕਿਉਂਕਿ ਜੇ ਤੁਸੀਂ ਸਾਡੀਆਂ ਖਬਰਾਂ ਸੁਣਦੇ ਹੋ ਤਾਂ ਤਾਂ ਹੀ ਅਸੀਂ ਤੁਹਾਡੇ ਲਈ ਹਰ ਰੋਜ਼ ਨਵੇਂ-ਨਵੇਂ ਐਫਰਟਸ ਕਰਕੇ ਤਾਜ਼ਾ ਖਬਰਾਂ ਲਿਆਉਣ ਦੀ ਇੱਕ ਪਹਿਲ ਕਰਦੀ ਆ ਸੋ ਅੱਜ ਦੀ ਜੋ ਖਬਰ ਹੈ ਉਹ ਮੁਲਾਜ਼ਮ ਵੀਰਾਂ ਦੇ ਨਾਲ ਜੁੜੀ ਹੋਈ ਹੈ ਇਸ ਨੂੰ ਡਿਟੇਲ ਵਿੱਚ ਡਿਸਕਸ ਕਰਦੇ ਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਈ ਪੈਨਸ਼ਨਰ ਅਦਾਲਤ ਤੋਂ ਅਸੰਤੁਸ਼ਟ ਪੈਨਸ਼ਨਾਂ ਵੱਲੋਂ ਅੱਜ ਰੋਸ ਵਿਖਾਵਾ ਕੀਤਾ ਗਿਆ ਉਹਨਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲੋੜੀ ਦੇ ਬੈਂਕ ਅਧਿਕਾਰੀ ਪੈਨਸ਼ਨਰਸ ਅਦਾਲਤ ਵਿੱਚ ਹਾਜ਼ਰ ਹੀ ਨਹੀਂ ਸਨ ਜਿਸ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਨਹੀਂ ਹੋ ਸਕਿਆ ਪਖਾਵਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਜ਼ ਅਦਾਲਤ ਮੋੜ ਲਗਾਈ ਜਾਵੇ ਇਸ ਮੌਕੇ ਆਰ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਤੇ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਅਤੇ ਲੋਂਗੋਵਾਲ ਦੇ ਨੁਮੰਦਿਆਂ ਜਗਦੀਸ਼ ਸ਼ਰਮਾ ਬਿੱਕਰ ਸਿੰਘ ਸਿਬੀਆਂ ਮੋਹਨ ਸਿੰਘ 바ਵਾ ਭਵਿੰਦਰ ਸਿੰਘ ਛਾਂਜਲੀ ਬ੍ਰਿਜ ਲਾਲティਮਾਨ ਕੁਲਵਰਨ ਸਿੰਘ ਸੁਖਮੰਦਰ ਸਿੰਘ ਖੇੜੀ ਮਕੰਦੀ ਲਾਲ ਲੋਂਗੋਵਾਲ ਨੇ ਕਿਹਾ ਕਿ ਪੈਨਸ਼ਨਸ ਅਦਾਲਤ ਵਿੱਚ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਸ ਪੁੱਜੇ ਸਨ ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਅਦਾਲਤ ਵਿੱਚ ਪ੍ਰਮੁੱਖ ਬੈਂਕਾਂ ਦੇ ਅਧਿਕਾਰੀ ਨਹੀਂ ਪੁੱਜੇ ਸਨ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਾ ਪੁੱਜਣ ਕਾਰਨ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਪੈਨਸ਼ਨਸ ਨੇ ਮੰਗ ਕੀਤੀ ਕਿ ਪੈਨਸ਼ਨਸ ਅਦਾਲਤ ਦੁਬਾਰਾ ਲਗਾਈ ਜਾਵੇ ਅਤੇ ਸਮੱਸਿਆਵਾਂ ਵਾਂਦੇ ਹੱਲ ਲਈ ਸਮਰਥ ਅਧਿਕਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਸੋ ਇਹ ਸੀ ਜੀ ਪੰਜਾਬ ਦੇ ਉਹਨਾਂ ਪੈਨਸ਼ਨਸ ਦੇ ਨਾਲ ਜੋ ਆਪਣੀਆਂ ਅਦਾਲਤ ਤੱਕ ਅਪਰੋਚ ਕਰਦੇ ਨੇ ਤਾਂ ਜੋ ਉਹਨਾਂ ਦੀਆਂ ਜਿਹੜੀਆਂ ਅਧੂਰੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਜ਼ਰੂਰ ਇਹ ਕਮੀ ਹੈ ਤਾਂ ਜੋ ਸਾਡੇ ਜਿਹੜੇ ਬਜ਼ੁਰਗ ਨੇ ਜੋ ਰਿਟਾਇਰ ਹੋਏ ਉਹ ਕਰਮਚਾਰੀ ਹੈ ਜਿਨ੍ਹਾਂ ਨੂੰ ਅਦਾਲਤਾਂ ਵਿੱਚ ਜਾਣਾ ਪੈਂਦਾ ਸੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਦੀਆਂ ਹਰ ਰੋਜ਼ ਤਾਜ਼ਾ ਤੇ ਅਹਿਮ ਖਬਰਾਂ ਸੁਣਨ ਲਈ ਤੁਸੀਂ ਇਸ ਚੈਨਲ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਪਲੀਜ਼ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਸੀਂ ਹਰ ਰੋਜ਼ ਦੀਆਂ ਖਬਰਾਂ ਵੀ ਪ੍ਰਾਪਤ ਕਰ ਸਕੋ ਤੇ ਸਾਨੂੰ ਵੀ ਇੱਕ ਇਸ ਚੀਜ਼ ਦਾ ਹੌਸਲਾ ਪ੍ਰਾਪਤ ਹੁੰਦਾ ਰਹੇ ਧੰਨਵਾਦ ਜੀ